Jumper ain't the show, Jumper ain't the show. Had to turn my phone, had to stay the zone. Had to turn my dog. Assalamu alaikum ji. ਮੈਂ ਇਹ ਮਲਕ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਮੋਟਰ ਯੂਕੇ। ਗੱਡੀ ਡਿਲੀਵਰ ਹੋਈ ਹੈ ਲੈਕਸਸ IS 300 ਐਗਜ਼ੈਕਟਿਵ ਐਡੀਸ਼ਨ ਵਾਈਟ ਕਲਰ ਵਿੱਚ ਹੈ 2.5 ਹਾਈਬ੍ਰਿਡ। ਗੱਡੀ ਦਾ ਪਹਿਲਾਂ ਬਾਡੀ ਵਰਕ ਤੱਕਦੇ ਹਾਂ, ਫਿਰ ਇੰਟੀਰੀਅਰ ਓਇਲ ਪਾਣੀ ਚੈੱਕ ਕਰਦੇ ਹਾਂ ਅਤੇ ਫਿਰ ਟੈਸਟ ਡਰਾਈਵ 'ਤੇ ਜਾਂਦੇ ਹਾਂ। ਗੱਡੀ ਦਾ ਬਾਨਣ ਠੀਕ ਹੈ, ਕੋਈ ਪੇਂਟ ਵਰਕ ਨਹੀਂ ਚਾਹੀਦਾ। ਬੰਪਰ ਵੀ ਠੀਕ ਹੈ, ਫਰੰਟ ਵਿੰਗ ਗੁੱਡ ਕੰਡੀਸ਼ਨ ਵਿੱਚ, ਡਰਾਈਵਰ ਸਾਈਡ ਡੋਰ ਕੋਈ ਪੇਂਟ ਵਰਕ ਨਹੀਂ ਚਾਹੀਦਾ। ਪੈਸੈਂਜਰ ਸਾਈਡ ਡੋਰ ਠੀਕ ਹੈ, ਵੀਲ ਐਂਡ ਟਾਇਰਸ ਬੈਕ ਵਾਲਾ ਗੁੱਡ ਕੰਡੀਸ਼ਨ ਵਿੱਚ ਹੈ, ਰੂਫ ਬੈਕ ਕੁਆਟਰ ਪੈਨਲ ਗੁੱਡ ਹੈ, ਬੈਕ ਟੂ ਟੇਲ ਗੇਟ ਠੀਕ ਹੈ, ਪੇਂਟ ਵਰਕ, ਬੈਕ ਬੰਪਰ ਗੁੱਡ ਕੰਡੀਸ਼ਨ ਵਿੱਚ ਹੈ। ਉਸ ਤੋਂ ਬਾਅਦ ਕੁਆਟਰ ਪੈਨਲ ਪੈਸੇਂਜਰ ਸਾਈਡ ਦਾ ਬੈਕ ਵਾਲਾ ਠੀਕ ਹੈ, ਵੀਲ ਐਂਡ ਟਾਇਰ ਬੈਕ ਵਾਲਾ ਗੁੱਡ ਕੰਡੀਸ਼ਨ ਵਿੱਚ ਹੈ। ਉਸ ਤੋਂ ਬਾਅਦ ਬੈਕ ਡੋਰ ਪੈਸੇਂਜਰ ਸਾਈਡ ਠੀਕ ਹੈ, ਫਰੰਟ ਡੋਰ ਪੈਸੇਂਜਰ ਸਾਈਡ ਠੀਕ ਹੈ, ਫਰੰਟ ਵਿੰਗ ਠੀਕ ਹੈ। ਜੋ ਗੱਡੀ ਆਈ ਆਈ ਟੂ ਫਰੰਟ ਵਾਲੇ ਟਾਇਰ ਜਿਹੜੇ ਨਾ ਉਹ ਬੋਲਡ ਆਏ, ਉਹ ਬਿਲਕੁਲ ਜਿਹੜੇ ਗਏ ਵੇ ਉਹ ਮੈਂ ਪਵਾ ਲਿਆ ਸਟੇਟ ਵੇ ਪਹਿਲੋ ਹੀ, ਇਸ ਹੱਲ ਤੱਕ ਰੋਡ 'ਤੇ ਡਰਾਈਵਿੰਗ ਨਹੀਂ ਕਰ ਸਕਦਾ ਮੈਂ, ਉਹ ਸਟੇਟ ਵੇ ਮੈਂ ਪਵਾਏ, ਉਹ ਵੀਡੀਓ ਮੈਂ ਨਾਲ ਅਟੈਚ ਕਰ ਦਿੱਤਾ। ਇਸ ਹੱਲ ਤੱਕ ਹੁਣ ਇਹ ਟਾਇਰ ਗੁੱਡ ਪਏ ਵੇ, ਜੀ ਕੂਲੰਟ ਚੈੱਕ ਕੀਤਾ ਵੇ, ਬਾਟਲ ਵੀ ਠੀਕ ਹੈ, ਐਂਡ ਓਇਲ ਚੈੱਕ ਕੀਤਾ ਵੇ, ਓਇਲ ਵੀ ਠੀਕ ਹੈ, ਲੇਕਿਨ ਸਰਵਿਸ ਚਾਹੀਦੀ ਓਇਲ ਐਂਡ ਫਿਲਟਰ ਦੀ। ਗੱਡੀ ਟੈਸਟ ਡਰਾਈਵ ਕਰਦੇ ਹਾਂ, ਉਸ ਤੋਂ ਬਾਅਦ ਓਇਲ ਐਂਡ ਫਿਲਟਰ ਦੀ ਸਰਵਿਸ ਕਰਾਉਂਦੇ ਹਾਂ। ਬਾਹਰੋਂ ਠੀਕ ਹੈ ਗੱਡੀ, ਕੋਈ ਪੇਂਟ ਵਰਕ ਨਹੀਂ ਚਾਹੀਦਾ, ਅੰਦਰੋਂ ਤੱਕਦੇ ਹਾਂ ਗੱਡੀ ਅੰਦਰੋਂ ਹੈ ਜੇ ਕੋਈ ਡੋਰ ਕਾਰਡ। ਉਸ ਤੋਂ ਬਾਅਦ ਬਲੈਕ ਲੈਦਰ ਸੀਟਾਂ, ਸਟੇਅਰਿੰਗ ਵੀਲ, ਡੈਸ਼ਬੋਰਡ, ਬੈਕ ਤੋਂ ਜੀ ਗੱਡੀ ਤੇ ਖੀ ਜਿਹੜੀ ਇੱਕ ਹੀ ਆਈ ਹੈ ਨਾਲ, ਜਿਹਲੇ ਲੋਕ ਅਨਲੋਕ ਕਰੋ ਨਾ ਗੱਡੀ ਕੋਈ ਨਹੀਂ ਲੋਕ ਹੁੰਦੀ, ਨਾ ਅਨਲੋਕ ਹੁੰਦੀ ਹੈ। ਬੈਟਰੀ ਚੇਂਜ ਕਰਾਈਏ, ਖੀ ਜਿਹੜੀ ਉਹ ਸਿਗਨਲ ਦਿੰਦੀ ਹੈ, ਲਾਈਟ ਵੀ ਆਨ ਹੁੰਦੀ, ਲੇਕਿਨ ਲੋਕ ਅਨਲੋਕ ਨਹੀਂ ਕਰਦੀ ਜੀ। ਮੈਂ ਹੁਣ ਨੋਟਿਸ ਕੀਤਾ ਬਈ ਵੀਲ ਡੈਮੇਜ, ਪਿਛਲਾ ਵੀਲ ਡੈਮੇਜ, ਟਾਇਰ ਵੈਰੀ ਗੁੱਡ ਹੈ ਪਰ ਵੀਲ ਡੈਮੇਜ, ਇਹ ਫਿਕਸ ਕਰਾਉਂਦੇ ਹਾਂ, ਕਿਸੇ ਪ੍ਰੋਫੈਸ਼ਨਲ ਦੀ ਐਡਵਾਈਸ ਲੈਂਦੇ ਹਾਂ ਵੀ ਕੀ ਕਰ ਸਕਦਾ ਵੇ ਜੀ। ਓਇਲ ਐਂਡ ਫਿਲਟਰ ਦੀ ਸਰਵਿਸ ਕਰਾਉਂਦੇ ਹਾਂ, MOT ਚਾਹੀਦੀ, MOT ਕਰਾਉਂਦੇ ਹਾਂ ਇਸ ਕਾਰ ਦੀ, ਬਾਡੀ ਵਰਕ ਨਹੀਂ ਚਾਹੀਦਾ ਕੋਈ ਵੀ, ਐਂਡ ਖੀ ਦਾ ਜਿਹੜਾ ਪ੍ਰੋਬਲਮ ਹੈ ਲੋਕ ਅਨਲੋਕ ਨਹੀਂ ਕਰਦੀ, ਬਲੇਡ ਨਾਲ ਕਰਦੀ ਹੈ ਲੇਕਿਨ ਰਿਮੋਟ ਨਹੀਂ ਕਰਦਾ, ਇਹ ਚੈੱਕ ਕਰਾਉਂਦੇ ਹਾਂ ਤਾਂ ਇੱਕ ਵੀਲ ਜਿਹੜਾ ਹੈ ਉਹ ਫਿਕਸ ਕਰਾਉਂਦੇ ਹਾਂ। ਅੰਦਰ ਸਹੀ ਨਾਈਸ ਹੈ, ਫੁੱਲੀ ਆਟੋਮੈਟਿਕ ਗੇਅਰ ਬੋਕਸਸ, ਉਸ ਤੋਂ ਬਾਅਦ ਨਾਈਸ ਡੈਸ਼ਬੋਰਡ, ਗੁੱਡ ਕੰਡੀਸ਼ਨ ਵਿੱਚ ਸੀਟਾਂ, ਕਾਰਪਟ ਸਿਰਫ ਕਲੀਨ ਚਾਹੀਦੀ, ਗੁੱਡ ਕਲੀਨ ਹੋਵੇ ਜੀ ਇਹਨਾਂ ਰਾਊਟ, ਐਂਡ ਜਿਹੜੇ ਕੰਮ ਚਾਹੀਦੇ ਉਹ ਹੋਵੇ ਤਾਂ ਕਾਰ ਰੈਡੀ ਹੋਈ ਸੀ।
ਜੀ ਮਿੱਤਰਾਂ ਦਾ ਵੈਲਿਊ ਟੈਸਟ ਡਾਈਵ ਤਾਂ ਚੱਲਦੇ ਹਾਂ ਲੈਕਸਸ ਦੀ ਹਾਂ ਤੱਕਦੇ ਹਾਂ ਵੀ ਲੈਕਸਸ ਕਿਹੋ ਜੀ ਚੱਲਣ 'ਚ ਜੀ ਮਿੱਤਰੋਂ ਤਾਂ ਬੇਲੀਓ ਟੈਸਟ ਡਰਾਈਵ ਕੀਤੀ ਹੈ ਇੰਜਨ ਐਂਡ ਗੇਅਰ ਬੁਕਸ ਵੈਰੀ ਗੁੱਡ ਜੀ ਲੈਕਸਸ ਐਮ ਓ ਟੀ ਐਸ 'ਤੇ ਆ ਗਈ ਹੈ ਲੈਕਸਸ IS 300H ਅਤੇ ਐਮ ਓ ਟੀ ਐਸ 'ਤੇ ਆ ਗਈ ਐਮ ਓ ਟੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਇਹ ਕਲੀਨਿੰਗ ਹੋ ਸੀ ਬ੍ਰੇਕ ਟੈਸਟ ਹੋ ਸੀ ਪਹਿਲਾਂ ਪਰਫਿਊਮ ਟੈਸਟ ਐਗਜ਼ੋਸਟ ਜੀ ਮਿੱਤਰਾਂ ਤੋਂ ਬੈਰੀ ਹਾਂ ਲੈਕਸਸ ਦੀ ਓਇਲ ਐਂਡ ਫਿਲਟਰ ਦੀ ਸਰਵਿਸ ਹੋਣ ਆ ਗਈ ਹੈ ਤਾਂ ਲੈਕਸਸ ਦਾ ਵੀਲ ਵੀ ਰਿਪੇਅਰ ਹੋ ਕੇ ਆ ਗਿਆ ਇਹ ਸਪੇਅਰ ਵੀਲ ਲੱਗਿਆ ਵੈ ਇਹ ਲਾਉਂਦੇ ਹਾਂ ਓਰੀਜਨਲ ਇਹਦਾ ਵੀਲ ਲਾਉਂਦੇ ਹਾਂ ਤਾਂ ਇੰਜਨ ਦੀ ਓਇਲ ਐਂਡ ਫਿਲਟਰ ਦੀ ਸਰਵਿਸ ਕਰਾਉਂਦੇ ਹਾਂ ਜੇ ਗੱਡੀ ਰੈਡੀ ਹੋ ਗਿਆ ਸੀ ਐਂਡ ਉਸ ਤੋਂ ਬਾਅਦ ਫਿਰ ਕਾਰ ਵਾਸਤੇ
ਠੀਕ ਹੈ ये व्हील इसको डैमेज आया ये फिक्स हो गया है थोड़ा जटा चपका दे सा पेंट सिल्वर पेंट ना तो ठीक हो जाएगा ये तो डैमेज आया जी ये बंदा जड़ा ये लक्स की खी की प्रोग्रामिंग करवाया मोबाइल कंपनी कॉल कर दे तो आने ये डायग्नोज मशीन लाई भी तो हम प्रोग्रामिंग कर सी खी की ਜੀ ਮਿੱਤਰਾਂ ਦਾ ਬਹਿ ਲਿਆ ਲੈਕਸ ਦਾ ਕਾਰ ਵਾਸ਼ ਵਿੱਚ ਲੈ ਕੇ ਪਹੁੰਚ ਗਏ ਹਾਂ ਕਾਰਾਂ ਵਾਸ਼ ਕਰਾਉਂਦੇ ਹਾਂ ਇਨ ਐਂਡ ਆਊਟ ਜੀ ਮਿੱਤਰਾਂ ਦਾ ਵੀਡੀਓ ਲੈਕਸ IS 300 ਰੈਡੀ ਹੋ ਗਈ ਹੈ ਜਿਹੜੇ ਜਿਹੜੇ ਕੰਮ ਚਾਹੀਦੇ ਆ ਸੋ ਸਾਰੇ ਹੋ ਗਏ ਇੰਜਨ ਦੀ ਓਇਲ ਐਂਡ ਫਿਲਟਰ ਦੀ ਸਰਵਿਸ ਆਈ ਉਹ ਹੋ ਗਈ ਆਈ ਦੋ ਟਾਇਰ ਫਰੰਟ ਤੋਂ ਚਾਹੀਦੇ ਆ ਉਹ ਪਵਾ ਲਿਆ MOT ਚਾਹੀਦੀ ਹੈ ਉਹ ਪਾਸ ਹੋ ਗਈ ਹੈ ਐਂਡ ਪਿਛਲਾ ਵੀਲ ਡੈਮੇਜ ਆਇਆ ਸੀ ਇਹ ਵਾਲਾ ਉਹ ਫਿਕਸ ਹੋ ਗਿਆ ਤੇ ਫਿਰ ਟੱਚ ਅਪ ਕਰ ਦਿੱਤਾ ਵੇ ਹੁਣ ਪਤਾ ਵੀ ਨਹੀਂ ਲੱਗਦਾ ਵੀ ਕਿਸ ਜਗ੍ਹਾ ਤੋਂ ਡੈਮੇਜ ਆਇਆ ਜੀ ਅੰਦਰੋਂ ਤੱਕਦੇ ਹਾਂ ਡੋਰ ਕਾਰਡ ਸੀਟਾਂ ਸਟੇਰਿੰਗ ਵੀਲ ਡੈਸ਼ਬੋਰਡ ਕਾਰਪੇਟ ਬੈਕ ਵਾਲੀਆਂ ਸੀਟਾਂ ਕੀ ਨਾਲ ਲਾਕ ਵੀ ਹੁੰਦੀ ਹੈ ਅਨਲਾਕ ਵੀ ਹੁੰਦੀ ਹੈ ਜੀ ਮਿੱਤਰਾਂ ਤੋਂ ਵੀਡੀਓ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਕਿਸੇ ਨਵੀਂ ਕਾਰ ਨਾਲ ਉਸ ਟਾਈਮ ਤੱਕ ਇਜਾਜ਼ਤ ਦਿਓ ਆਪਣਾ ਖਿਆਲ ਰੱਖੋ ਦੁਆਵਾਂ ਯਾਦ ਰੱਖੋ ਅੱਲਾ ਹਾਫਿਜ਼